ਅੰਮ੍ਰਿਤਸਰ ਪੁਲਿਸ ਨੇ 30 ਸਤੰਬਰ ਨੂੰ ਸਿਵਲ ਹਸਪਤਾਲ ਤੋਂ ਚੋਰੀ ਹੋਏ ਨਵਜਾਤ ਬੱਚੇ ਅਭੀ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਪਤੀ ਪਤਨੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਕਮਿਸ਼ਨਰ ਡਾਕਟਰ ਸੁਖਚੈਨ ਸਿੰਘ ਗਿੱਲ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀ ਗੁਰਜੀਤ ਸਿੰਘ ਅਤੇ ਸਿਮਰਨ ਕੌਰ ਨੇ LIC ਬੀਮੇ ਦਾ ਝਾਂਸਾ ਦੇ ਕੇ ਇਸ ਬੱਚੇ ਨੂੰ ਅਗਵਾ ਕੀਤਾ ਸੀ। ਥਾਣਾ A ਡਿਵੀਜ਼ਨ ਦੇ SHO ਨੀਰਜ ਕੁਮਾਰ ਨੇ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਦੋਸ਼ੀਆਂ ਨੂੰ ਕਾਬੂ ਕੀਤਾ ਅਤੇ ਅਗਵਾਸ਼ੁਦਾ ਬੱਚਾ ਬਰਾਮਦ ਕੀਤਾ। ਇਸ ਪੱਤਰਕਾਰ ਸੰਮੇਲਨ 'ਚ DCP ਜਗਮੋਹਨ ਸਿੰਘ, ADCP ਸਿਟੀ 3 ਹਰਪਾਲ ਸਿੰਘ, ACP ਜਸਪ੍ਰੀਤ ਸਿੰਘ, SHO ਨੀਰਜ ਕੁਮਾਰ ਵੀ ਮੌਜੂਦ ਸਨ। ਬੱਚੇ ਦੀ ਦਾਦੀ ਨੇ ਬੱਚਾ ਬਰਾਮਦ ਹੋਣ 'ਤੇ ਪੁਲਿਸ ਦਾ ਧੰਨਵਾਦ ਕੀਤਾ ਹੈ। 29 ਤਰੀਕ ਦਾ ਇੰਸੀਡੈਂਟ ਹੈਗਾ ਵਾ, ਸਿਵਲ ਹੋਸਪਿਟਲ ਦੇ ਵਿੱਚੋਂ ਇੱਕ ਬੱਚਾ ਸੀਗਾ ਜਿਹੜਾ ਉਦੋਂ 7 ਦਿਨ ਦਾ ਸੀਗਾ, ਉਹਨੂੰ ਇੱਕ ਲੇਡੀ ਜਿਹੜੀ ਆ ਉਹ ਮਤਲਬ ਇੰਸ਼ੋਰੈਂਸ ਏਜੰਟ ਬਣ ਕੇ ਆਈ ਸੀ ਵੀ ਤੁਹਾਡੇ ਬੱਚੇ ਦੀ ਇੰਸ਼ੋਰੈਂਸ ਕਰਾਉਣੀ ਆ। ਉਸ ਤੋਂ ਬਾਅਦ ਦੇ ਵਿੱਚ ਉਹਦੇ ਦਾਦੀ ਨੂੰ ਔਰ ਉਹਦੇ ਫਾਦਰ ਨੂੰ ਨਾਲ ਲੈ ਕੇ ਇੱਕ ਫੋਟੋਗ੍ਰਾਫਰ ਦੇ ਕੋਲ ਚਲੇ ਗਏ ਹੁਸੈਨੀਵਾਲਾ ਚੌਂਕ ਦੇ ਲਾਗੇ। ਉੱਥੇ ਜਦੋਂ ਫੋਟੋਗ੍ਰਾਫ ਵਗੈਰਾ ਕਰ ਰਹੇ ਸੀਗੇ, ਫੋਟੋਗ੍ਰਾਫ ਹੋ ਗਈ ਉਹਦੀ, ਉਸ ਤੋਂ ਬਾਅਦ ਦੇ ਵਿੱਚ ਉਹਦੇ ਫਾਦਰ ਨੂੰ ਉਹਨਾਂ ਨੇ ਕਿਸੇ ਹੋਰ ਕੰਮ ਭੇਜ ਦਿੱਤਾ ਔਰ ਦਾਦੀ ਦੇ ਕੋਲੋਂ ਬੱਚਾ ਖੋ ਕੇ ਲੇਡੀ ਜਿਹੜੀ ਸੀਗੀ ਉਹ ਇੱਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਇੱਕ ਹੋਰ ਬੰਦੇ ਦੇ ਨਾਲ ਉੱਥੋਂ ਦੌੜ ਗਈ ਉਹ ਲੇਡੀ। ਇਹਦੇ ਵਿੱਚ ਅਸੀਂ ਟੀਮ ਬਣਾਈ ਸੀ ਜਿਹਦੇ ਵਿੱਚ ADCP 3 ਜਿਹੜੇ ਹਰਪਾਲ ਸਿੰਘ ਜੀ ਉਹਨਾਂ ਦੀ, ACP ਈਸਟ ਜਸਪ੍ਰੀਤ, SHO A ਡਿਵੀਜ਼ਨ ਨੀਰਜ ਕੁਮਾਰ ਔਰ ਉਹਨਾਂ ਦੇ ਨਾਲ SHO ਮਕਬੂਲਪੁਰਾ ਔਰ ਉਹਨਾਂ ਦੀ ਟੀਮ ਨੇ ਕਾਫੀ ਐਫਰਟ ਕੀਤਾ। 2 ਦਿਨ ਪੂਰੀ ਇਹਨਾਂ ਨੇ ਮਿਹਨਤ ਕੀਤੀ ਔਰ ਬੱਚਾ ਜਿਹੜਾ ਹੈ ਹੁਣ ਬੜੇ ਵਧੀਆ ਗੱਲ ਹੋ ਗਈ ਕਿ ਬੱਚਾ ਰਿਕਵਰ ਹੋ ਗਿਆ। ਇਹਦੇ ਵਿੱਚ 2 ਜਣਿਆਂ ਨੂੰ ਅਰੈਸਟ ਕੀਤਾ, ਇੱਕ ਗੁਰਜੀਤ ਸਿੰਘ ਆ ਔਰ ਇੱਕ ਉਹਦੀ ਜਿਹੜੀ ਵਾਈਫ ਆ ਸਿਮਰਨ ਕੌਰ, ਇਹ ਦੋਨੇ ਗੁਰਵਾਲੀ ਪਿੰਡ ਦੇ ਰਹਿਣ ਵਾਲੇ ਆ ਔਰ ਜਿਹੜੀ ਇਹਨਾਂ ਨੇ ਜਿਹੜੀ ਸਾਰੀ ਹੁਣ ਤੱਕ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਇਹ ਜਿਹੜਾ ਗੁਰਜੀਤ ਸਿੰਘ ਆ ਇਹ ਬਾਡੀ ਬਿਲਡਿੰਗ ਵਗੈਰਾ ਦਾ ਕੰਮ ਕਰਦਾ ਹੈ, ਸਪੋਰਟਸਮੈਨ ਟਾਈਪ ਆ ਔਰ ਜਿਹੜੀ ਸਿਮਰਨ ਕੌਰ ਆ ਇਹਨੇ MA ਇਕਨੋਮਿਕਸ ਕੀਤੀ ਹੋਈ ਆ ਔਰ ਕੁਛ ਟਾਈਮ ਇਹਨੇ ਇੰਸ਼ੋਰੈਂਸ ਦੀ ਟ੍ਰੇਨਿੰਗ ਵੀ ਲਈ ਹੈ ਸਿਮਰਨ ਕੌਰ ਨੇ ਔਰ ਇਹਨਾਂ ਦੇ ਜਿਹੜੀ ਮੈਡੀਕਲ ਪ੍ਰੋਬਲਮ ਸੀਗੀ ਵੀ ਇਹਨਾਂ ਦੇ ਜਦੋਂ ਵੀ ਕੋਈ ਬੱਚਾ ਹੋਣ ਵਾਲਾ ਹੁੰਦਾ ਸੀ ਉਹ 6 ਮਹੀਨੇ ਦੇ ਬਾਅਦ ਬੱਚਾ ਆਪਣੇ ਆਪ ਅਬੋਰਟ ਹੋ ਜਾਂਦਾ ਸੀਗਾ। ਉਸ ਤੋਂ ਬਾਅਦ ਇਹਨਾਂ ਨੇ ਫਿਰ ਇਹ ਪਲੈਨਿੰਗ ਕੀਤੀ, ਪਹਿਲਾਂ ਵੀ ਇਹਨਾਂ ਨੇ 1-2 ਜਗ੍ਹਾ 'ਤੇ ਪਲੈਨਿੰਗ ਕੀਤੀ ਆ, ਉਹ ਹੁਣ ਜਦੋਂ ਡਿਟੇਲ 'ਚ ਇਨਵੈਸਟੀਗੇਸ਼ਨ ਕਰਾਂਗੇ ਉਦੋਂ ਪਤਾ ਲੱਗੇਗਾ। ਸੁਲਤਾਨਵਿੰਡ ਦੇ ਏਰੀਏ 'ਚ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀਗੀ। ਉਸ ਤੋਂ ਬਾਅਦ ਫਿਰ ਇਹ ਲੇਡੀ ਨੇ, ਕਿਉਂਕਿ ਥੋੜ੍ਹੀ ਇੰਸ਼ੋਰੈਂਸ ਬਾਰੇ ਇਹਨੂੰ ਗਿਆਨ ਸੀਗਾ, 29 ਤਰੀਕ ਤੋਂ ਪਹਿਲਾਂ 28 ਤਰੀਕ ਨੂੰ ਇਹਨਾਂ ਦੇ ਕੋਲ ਆਈ, ਇਹਨਾਂ ਨੂੰ ਉਹਨੇ ਬੱਚੇ ਦੀ ਇੰਸ਼ੋਰੈਂਸ ਦੇ ਬਾਰੇ 'ਚ ਗੱਲਾਂ ਗੁੱਲਾਂ ਕੀਤੀਆਂ ਕਿ ਇੱਦਾਂ ਕਰਕੇ ਇੰਸ਼ੋਰੈਂਸ ਕਰਾਉਣੀ, ਬਲਕਿ ਇੱਕ ਹੋਰ ਫੈਮਿਲੀ ਨੂੰ ਐਗਰੀ ਕਰਾ ਲਿਆ ਲਾਗੋ ਜਿਨ੍ਹਾਂ ਦੇ ਬੇਟੀ ਸੀਗੀ। ਉਹ ਫਿਰ ਉਸ ਦਿਨ ਉਹਨੂੰ ਉੱਥੇ ਲੈ ਕੇ ਗਈ ਜਿਹੜੀ ਜਗ੍ਹਾ 'ਤੇ ਫੋਟੋਗ੍ਰਾਫੀ ਕੀਤੀ ਸੀਗੀ, ਉੱਥੋਂ ਕਰਕੇ ਫਿਰ ਮਤਲਬ ਉਹਨਾਂ ਨੂੰ ਇਸ ਤਰੀਕੇ ਨਾਲ ਭਰਮਾ ਲਿਆ ਕਿ ਤੁਹਾਡੇ ਬੱਚੇ ਦੀ ਇੰਸ਼ੋਰੈਂਸ ਕਰਾਵਾਂਗੇ, ਬੱਚਾ ਲੈ ਕੇ ਫਰਾਰ ਹੋ ਗਏ। ਇਹਨਾਂ ਨੇ ਬੜੀ ਮੁਸ਼ਕਤ ਮਿਹਨਤ ਕਰਕੇ ਆਪਣੇ ਅਲੱਗ ਅਲੱਗ ਤਰੀਕਿਆਂ ਦੇ ਨਾਲ ਸੋਰਸਿਸ ਲਗਾ ਕੇ ਟੈਕਨੀਕਲ ਤਰੀਕੇ ਦੇ ਨਾਲ ਉਹ ਜਿਹੜਾ ਉਹਦਾ ਹਸਬੈਂਡ ਸੀਗਾ ਉਹਨੂੰ ਸ਼ਹੀਦਾ ਸਾਹਿਬ ਦੇ ਲਾਗੋ ਗ੍ਰਿਫਤਾਰ ਕੀਤਾ ਸੀਗਾ ਅੱਜ। ਉਸ ਤੋਂ ਬਾਅਦ ਉਹਦੀ ਪੁੱਛਗਿੱਛ 'ਤੇ ਫਿਰ ਉਹਦੀ ਵਾਈਫ ਨੂੰ ਜਿਹੜੀ ਸਿਮਰਨ ਕੌਰ ਆ ਉਹਨੂੰ ਗਰਵਾਲੀ ਜਿੱਥੇ ਇਹਨਾਂ ਦਾ ਘਰ ਆ ਉੱਥੋਂ ਗ੍ਰਿਫਤਾਰ ਕਰਕੇ ਅਤੇ ਬੱਚਾ ਉਹਨਾਂ ਕੋਲ ਰਿਕਵਰ ਕਰ ਲਿਆ। ਉਹ ਬੱਚਾ ਅਸੀਂ ਉਹਦਾ ਮੈਡੀਕਲ ਕਰਾ ਲਿਆ ਹੈ, ਬਿਲਕੁਲ ਪੀਡਿਆਟ੍ਰੀਸ਼ੀਅਨ ਨੂੰ ਦਿਖਾ ਲਿਆ, ਬੱਚਾ ਬਿਲਕੁਲ ਫਿੱਟ ਆ, ਫਾਈਨ ਆ। ਉਹਦੇ ਪੇਰੈਂਟਸ 'ਤੇ ਅਸੀਂ ਦਾਦੀ ਜੀ ਦੇ ਅਤੇ ਉਹਦੇ ਫਾਦਰ ਦੇ ਹਵਾਲੇ ਕਰਾਂਗੇ। ਮਦਰ ਅਜੇ ਉਹਦੇ ਹੋਸਪਿਟਲ ਦੇ ਵਿੱਚ ਹੀ ਦਾਖਲਾ ਸਿਵਲ ਹੋਸਪਿਟਲ ਅਫਸਰਾਂ ਦੀ, ਜਿੰਨਾ ਬੱਚਾ ਸਾਡਾ ਸਾਨੂੰ ਦਵਾ ਦਿੱਤਾ ਆ, ਮਿਹਨਤ ਕੀਤੀ ਆ ਰਾਤ ਦੇ ਨੇ, ਸਾਡਾ ਬੱਚਾ ਵਾਪਸ ਦਵਾ ਦਿੱਤਾ।